ਰਵਿੰਦਰ ਗਰੇਵਾਲ ਪੰਜਾਬੀ ਜਗਤ ਦੇ ਉਹ ਸਿਤਾਰੇ ਹਨ ਜਿਨ੍ਹਾਂ ਨੂੰ ਹਰ ਵਰਗ ਸੁਣਨਾ ਪਸੰਦ ਕਰਦਾ ਹੈ। 1995 'ਚ ਸਾਹਮਣੇ ਆਈ ਰਵਿੰਦਰ ਗਰੇਵਾਲ ਦੀ ਆਵਾਜ਼ ਨੇ ਜਿਵੇਂ ਸਭ ਦੇ ਦਿਲਾਂ 'ਤੇ ਜਾਦੂ ਕਰ ਦਿੱਤਾ ਹੋਵੇ। ਉਸ ਤੋਂ ਬਾਅਦ ਬਸ ਇੱਕ ਤੋਂ ਇੱਕ ਹਿੱਟ ਗਾਣਾ ਮਾਰਕੀਟ 'ਚ ਆਉਂਦਾ ਰਿਹਾ ਅਤੇ ਇਹਨਾਂ ਦੀ ਫੈਨ ਫੋਲੋਇੰਗ ਦਿਨੋਂ ਦਿਨ ਵੱਧਦੀ ਗਈ ਅਤੇ ਫਿਰ ਸਾਹਮਣੇ ਆਈ ਫਿਲਮ ਐਵੇਂ ਰੌਲਾ ਪੈ ਗਿਆ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਅਤੇ ਫਿਰ ਜੱਜ ਸਿੰਘ LLB ਅਤੇ ਡੰਗਰ ਡਾਕਟਰ ਜੈਲੀ ਵਰਗੀਆਂ ਫਿਲਮਾਂ ਦੇਖਣ ਨੂੰ ਮਿਲੀਆਂ। ਹੁਣ ਆ ਰਹੀ ਫਿਲਮ 15 ਲੱਖ ਕਦੋਂ ਆਊਗਾ ਦਾ ਟ੍ਰੇਲਰ ਸਾਹਮਣੇ ਆਇਆ ਹੈ ਜੋ ਕਿ ਸਭ ਤੋਂ ਹਟਕੇ ਹੈ। ਇਸ ਵਿੱਚ ਰਵਿੰਦਰ ਗਰੇਵਾਲ ਨਾਲ ਪੂਜਾ ਵਰਮਾ ਮੁੱਖ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ ਕਾਮੇਡੀ ਦੇ ਨਾਲ ਨਾਲ ਇੱਕ ਮੈਸੇਜ ਵੀ ਛੱਡ ਕੇ ਜਾਏਗੀ ਅਤੇ ਉਹ ਮੈਸੇਜ ਲੋਕਾਂ ਨੂੰ ਕਿੰਨਾ ਕੁ ਪਸੰਦ ਆਏਗਾ ਦੇਖਦਿਆਂ 10 ਮਈ 2019 ਨੂੰ।